ਸਰ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਮਿਸਗਾਈਡ ਤੁਹਾਨੂੰ ਕੀਤਾ ਕਿ ਵਿਲ ਪਾਵਰ ਹੈ, ਵਿਲ ਪਾਵਰ ਕੁਛ ਨਹੀਂ ਹੈ, ਸਾਇੰਸ ਹੈ। ਇਹ ਟ੍ਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਓਗੇ। ਅਸੀਂ ਇੰਟਰਟੇਨਮੈਂਟ ਕਰਦੇ ਹਾਂ, ਜਿਹੜੇ ਬਾਬੇ ਆ ਉਹਨੂੰ ਮਿਸਯੂਜ ਕਰਦੇ ਬਸ। ਹੁਣ ਇੱਕ ਰੱਸੀ ਦੇ ਕਿੰਨੇ ਕੋਨੇ ਹੁੰਦੇ ਸਰ ਜੀ? ਦੋ ਕੋਨੇ ਆ ਜੀ। ਜੇ ਮੈਂ ਰੱਸੀ ਕਟਿੰਗ ਕਰਾਂ ਤਾਂ ਤੁਸੀਂ ਸੋਚੋਗੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ, ਇਸ ਕਰਕੇ ਮੈਂ ਚਾਹਾਂਗਾ ਤੁਸੀਂ ਰੱਸੀ ਨੂੰ ਆਪ ਕਟਿੰਗ ਕਰੋ। ਲਓ ਜੀ ਰੱਸੀ ਹੋ ਗਈ ਕੱਟ। ਪੂਰੇ ਕੋਨੇ ਵਿੱਚ ਰੱਖਦੇ, ਇੱਕ ਕੋਨੇ ਇਹਨਾਂ ਕੋਲ, ਦੋ ਕੋਨੇ ਮੇਰੇ ਕੋਲ, ਇੱਕ ਤੁਹਾਡੇ ਕੋਲ। ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬਣ ਸਕਦੀ ਸਰ ਜੀ, ਥੋੜ੍ਹਾ ਖਿੱਚੋ ਸਰ ਜੀ ਤੁਸੀਂ ਵੀ। ਲਓ ਜੀ ਪਹਿਲਾਂ ਵਰਗੀ ਬਣ ਨਹੀਂ ਸਕਦੀ ਪਰ ਬਣ ਚੁੱਕੀ ਹੈ। ਸਰ ਕੁਛ ਬਾਬੇ ਰੱਸੀ ਰੁੱਸੀ ਦੇ ਟ੍ਰਿਕ ਵੀ ਦਿਖਾਉਂਦੇ ਆ, ਮੈਂ ਤੁਹਾਨੂੰ ਉਹ ਟ੍ਰਿਕ ਦਿਖਾਉਣ ਜਾ ਰਿਹਾ ਜਿਹੜਾ ਕੋਈ ਬੰਦਾ ਸੋਚ ਨਹੀਂ ਸਕਦਾ। ਹੁਣ ਇੱਕ ਰੱਸੀ ਦੇ ਕਿੰਨੇ ਕੋਨੇ ਹੁੰਦੇ ਸਰ ਜੀ? ਦੋ ਕੋਨੇ ਆ ਜੀ। ਰੱਸੀ ਦਾ ਸੈਂਟਰ ਲਗਭਗ ਕਿੱਥੇ ਤੁਸੀਂ ਦੱਸੋ ਮੈਨੂੰ? ਇੱਥੇ ਆਊਗਾ, ਮੈਂ ਇੱਥੋਂ ਪਕੜ ਲੈਣਾ ਜੀ। ਇੱਥੇ ਗਿਆ ਸਰ ਜੀ? ਚਲੋ ਲਗਭਗ ਇੱਥੇ ਹੋਊਗਾ ਜੀ, ਇੱਥੇ ਹੋ ਗਿਆ। ਠੀਕ ਹੈ ਜੀ, ਤੁਸੀਂ ਇੱਧਰ ਪਕੜੋ ਸਰ ਜੀ, ਸਰ ਇੱਧਰ ਪਕੜੋ ਯਾਰ ਆ ਕੇ। ਰੱਸੀ ਦਾ ਸੈਂਟਰ ਇੱਥੇ ਆ ਗਿਆ ਸਰ। ਠੀਕ ਹੈ ਜੀ, ਜਿੱਥੇ ਮਰਜ਼ੀ ਮੈਨੂੰ ਸਟੋਪ ਕਰ ਦਿਓ, ਥੋੜ੍ਹਾ ਲੂਜ਼ ਕਰੋ ਸਰ ਜੀ ਰੱਸੀ ਨੂੰ। ਇੱਥੋਂ ਕੱਟ ਦੀਏ, ਰੱਸੀ ਦੇ ਪੀਸ ਕਿੰਨੇ ਹੋ ਜੂਗੇ ਸਰ ਜੀ? ਰੱਸੀ ਦੇ ਪੀਸ 2 ਹੋ ਜਾਣਗੇ, ਤੇ ਕੋਨੇ ਕਿੰਨੇ ਹੋ ਜਾਣਗੇ? 4 ਚਾਰ ਕੋਨੇ ਹੋ ਜੂਗੇ। ਠੀਕ ਹੈ ਜੀ। ਹਲੋ, ਜੇ ਮੈਂ ਰੱਸੀ ਕਟਿੰਗ ਕਰਾਂ ਤਾਂ ਤੁਸੀਂ ਸੋਚੋਗੇ ਪਤਾ ਨਹੀਂ ਕੀ ਕੀਤਾ ਕੀ ਨਹੀਂ ਕੀਤਾ, ਇਸ ਕਰਕੇ ਮੈਂ ਚਾਹਾਂਗਾ ਤੁਸੀਂ ਰੱਸੀ ਨੂੰ ਆਪ ਕਟਿੰਗ ਕਰੋ। ਲਓ ਜੀ ਰੱਸੀ ਕਰਨ ਲੱਗੇ ਕੱਟ, ਅਸੀਂ ਰੱਸੀ ਵਾਲਾ ਟ੍ਰਿਕ ਦਿਖਾ ਰਹੇ ਆ ਗਗਨਦੀਪ ਜੀ ਹੁਣ ਸਾਨੂੰ। ਤੇ ਲਓ ਜੀ ਰੱਸੀ ਹੋ ਗਈ ਕੱਟ। ਓਕੇ, ਇੱਕ ਕੋਨਾ ਇਹਨਾਂ ਕੋਲ ਪਕੜੇ ਆ, ਦੋ ਕੋਨੇ ਮੇਰੇ ਕੋਲ ਹੈ, ਇੱਕ ਕੋਨਾ ਤੁਹਾਡੇ ਕੋਲ। ਟੋਟਲ ਕਿੰਨੇ ਕੋਨੇ? 4 ਹੋ ਗਏ ਜੀ। ਪਹਿਲਾਂ ਕਿੰਨੇ ਕੋਨੇ ਸੀਗੇ ਜੀ? ਪਹਿਲਾਂ 2 ਸੀ। 2 ਸੀਗੇ। ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬਣ ਸਕਦੀ? ਨਹੀਂ ਹੋ ਸਕਦੀ। ਹੋ ਸਕਦੀ ਹੈ ਜੀ। ਤੇ ਰੱਸੀ ਪਹਿਲਾਂ ਵਰਗੀ ਹੋ ਸਕਦੀ ਹੈ? ਇੱਥੇ ਮੈਂ 2 ਗੱਠਾ ਲਗਾਉਂਗਾ, ਰੱਸੀ ਪਹਿਲਾਂ ਵਰਗੀ ਜੁੜ ਜੂਗੀ। ਹੁਣ ਤੁਸੀਂ ਸੁਣੋ, ਪਹਿਲਾਂ ਵਰਗੀ ਤਾਂ ਜੁੜੀ ਨਹੀਂ, ਵਿੱਚ ਪੈਂਚਰ ਆ ਗਿਆ, ਗੱਠ ਆ ਗਈ। ਜੇ ਗੱਠ ਵੀ ਨਾ ਹੋਵੇ ਫਿਰ ਕੀ ਹੋਊਗਾ ਜੀ? ਪਹਿਲਾਂ ਵਰਗੀ ਹੋ ਜੂ। ਨਹੀਂ ਜੀ, ਚਮਤਕਾਰ ਹੋਊਗਾ ਫਿਰ। ਚਮਤਕਾਰ ਜਿੱਥੋਂ ਆਪਾਂ ਰੱਸੀ ਦੇ ਕੋਨੇ ਚੱਕੇ ਸੀ ਸੈਂਟਰ, ਆਪਾਂ ਉਹਦੇ ਵਿੱਚ ਹੀ ਰੱਖ ਦਿੰਦੇ ਵਾਪਸ। ਠੀਕ ਹੈ ਜੀ, ਦੇਖੋ 2 ਕੋਨੇ ਬਰਾਬਰ ਹੈ, ਨਜ਼ਰ ਆ ਰਹੇ ਤੁਹਾਨੂੰ ਜੀ? ਆ ਰਹੇ ਜੀ, ਨਜ਼ਰ ਆ ਰਹੇ। ਇਹ ਪੂਰੇ ਕੋਨੇ ਵਿੱਚ ਰੱਖਤੇ, ਇੱਕ ਕੋਨੇ ਇਹਨਾਂ ਕੋਲ, ਦੋ ਕੋਨੇ ਮੇਰੇ ਕੋਲ, ਇੱਕ ਤੁਹਾਡੇ ਕੋਲ। ਰੱਸੀ ਪਹਿਲਾਂ ਵਰਗੀ ਤਾਂ ਨਹੀਂ ਬਣ ਸਕਦੀ ਸਰ ਜੀ, ਥੋੜ੍ਹਾ ਖਿੱਚੋ ਸਰ ਜੀ ਤੁਸੀਂ ਵੀ। ਲਓ ਜੀ ਪਹਿਲਾਂ ਵਰਗੀ ਬਣ ਨਹੀਂ ਸਕਦੀ ਪਰ ਬਣ ਚੁੱਕੀ ਹੈ। ਲਓ ਜੀ ਰੱਸੀ ਪਹਿਲਾਂ ਵਰਗੀ ਬਣ ਚੁੱਕੀ ਹੈ। ਮਤਲਬ ਕੱਟ ਜਿਹੜੇ ਆਪਾਂ ਲਾਏ ਸੀ, ਅੱਛਾ ਇਹੀ ਚਮਤਕਾਰ ਹੁੰਦੇ ਆ? ਇਹੀ ਚਮਤਕਾਰ ਹੁੰਦੇ ਆ ਜੀ, ਇਸੀ ਚੀਜ਼ ਨੂੰ ਨਮਸਕਾਰ ਕਰਦੀ ਦੁਨੀਆ। ਤੁਸੀਂ ਦੇਖ ਸਕਦੇ ਹੋ ਕਿ ਰੱਸੀ ਬਿਲਕੁਲ ਪਹਿਲਾਂ ਵਰਗੀ ਬਣ ਚੁੱਕੀ ਹੈ, ਪਰ ਇਹ ਹੈਗੀ ਹੈ ਸਿਰਫ ਹੱਥ ਦੀ ਸਫਾਈ। ਹੱਥ ਦੀ ਸਫਾਈ ਹੈ ਜੀ। ਹਲੋ, ਜਾਦੂ ਨਾਮ ਦੀ ਚੀਜ਼ ਤਾਂ ਦੁਨੀਆ ਤੇ ਬੇਸ਼ੱਕ ਹੁੰਦੀ ਵੀ ਹੈ, ਬੇਸ਼ੱਕ ਨਹੀਂ ਵੀ ਹੁੰਦੀ। ਜਾਦੂਗਰੀ ਮੇਰੇ ਨਾਲ ਬੈਠੇ ਆ, ਕੀ ਜਿਹੜਾ ਆਪਾਂ ਜਾਦੂ ਦੀ ਗੱਲ ਲੋਕ ਕਰਦੇ ਆ, ਜਾਦੂ ਅਸਲ ਦੇ ਵਿੱਚ ਕੋਈ ਜਾਦੂ ਹੁੰਦਾ? ਸਰ ਜਾਦੂ ਉਹ ਹੁੰਦਾ ਜਿਹੜਾ ਕਿ ਨਜ਼ਰ ਨਾ ਆਵੇ। ਨਜ਼ਰ ਕੀ ਨਹੀਂ ਆ ਰਿਹਾ ਜੀ, ਜੋ ਪਰਮਾਤਮਾ ਦੀ ਦਿੱਤੀ ਹੋਈ ਚੀਜ਼ਾਂ ਸਾਨੂੰ ਮਿਲ ਰਹੀਆਂ, ਰੀਅਲ ਪਾਵਰ ਉਹੀ ਹੈ। ਬਾਕੀ ਜੋ ਆਪਾਂ ਦਿਖਾ ਰਹੇ ਹਾਂ ਇਹ ਸਿਰਫ ਦਿਖਾਵਾ ਹੀ ਹੈ ਇੱਕ। ਹੁਣ ਜਿੱਦਾਂ ਮੰਨ ਲਓ ਮੇਰੇ ਕੋਲ ਇੱਕ ਚਸ਼ਮਾ ਹੈ, ਇਹ ਤੁਹਾਨੂੰ ਚਸ਼ਮਾ ਨਜ਼ਰ ਆ ਰਿਹਾ, ਮੈਂ ਚਸ਼ਮੇ ਨੂੰ ਟੱਚ ਕੀਤਾ ਹੋਇਆ ਵੈ, ਤੇ ਅਗਰ ਮੈਂ ਬਿਨਾਂ ਟੱਚ ਕੀਤੇ ਤੁਸੀਂ ਚਸ਼ਮਾ ਚੈੱਕ ਕਰੋ ਮੇਰਾ, ਜਿਹੜਾ ਨੋਰਮਲ ਹੈ ਜੀ, ਨੋਰਮਲ ਬਿਲਕੁਲ ਨੋਰਮਲ ਚਸ਼ਮਾ। ਦੇਖੋ ਸਰ ਜੀ, ਇੱਕ ਵਿਲ ਪਾਵਰ ਇਹਦੇ ਵਿੱਚ ਮੈਂ ਇੱਕ ਹਿਪਨੋਟਾਈਜ਼ ਪਾਵਰ ਭੇਜੂਗਾ ਤੇ ਚਸ਼ਮਾ ਹਿੱਲੂਗਾ। ਦੇਖਿਓ ਉੱਥੋਂ ਆਪਣੀ ਜਗ੍ਹਾ ਤੋਂ, ਲਓ ਜੀ ਇਹ ਪਾਵਰ ਹੈ ਜੀ।
ਮੈਜਿਕ ਮੈਂ ਕਹੂੰਗਾ ਇੱਕ ਵਾਰੀ ਹੋਰ ਹਿਲਾਓ ਤੇ ਅੱਛਾ ਇਹ ਇਹ ਮੈਜਿਕ ਦੀ ਪਾਵਰ ਹੈ। ਚਲੋ ਚਸ਼ਮਾ ਸਾਡਾ ਟੁੱਟ ਚੁੱਕਿਆ ਸਰ ਜੀ, ਚਸ਼ਮਾ ਚੈੱਕ ਕਰੋ, ਨੋਰਮਲ ਚਸ਼ਮਾ ਜੀ, ਠੀਕ ਹੈ ਜੀ। ਇਹਦੇ ਵਿੱਚ ਮੈਂ ਇੱਕ ਹਿਪਨੋਟਿਕ ਪਾਵਰ ਭੇਜੂਗਾ ਜਿਹਦੇ ਨਾਲ ਕਿ ਚਸ਼ਮਾ ਹਿੱਲੂਗਾ। ਨਜ਼ਰ ਆਈ ਕੋਈ ਪਾਵਰ ਜੀ? ਨਹੀਂ ਕੋਈ ਨਜ਼ਰ ਨਹੀਂ। ਕੋਈ ਨਜ਼ਰ ਨਹੀਂ ਆਈ? ਇਹਨੂੰ ਹਲਕਾ ਜਿਹਾ ਫੂਕ ਮਾਰੋ। ਲੋ ਜੀ ਆਈ ਨਜ਼ਰ ਕੁਛ ਜੀ। ਲੋ ਜੀ ਇਹ ਪਾਵਰ ਹੈ, ਵਿਲ ਪਾਵਰ ਹੈ ਜੀ, ਜਿਹੜੀ ਕਿ ਸਾਡੇ ਅੰਦਰ, ਤੁਹਾਡੇ ਅੰਦਰ, ਸਾਰੇ ਅੰਦਰ ਹੈ। ਕੋਈ ਆਮ ਇਨਸਾਨ ਜੇ ਕੋਈ ਮਤਲਬ ਕਿ ਚਲ ਤੁਹਾਡੇ ਵਾਂਗੂ ਪ੍ਰੈਕਟਿਸ ਕਰੇ ਤਾਂ ਉਹ ਵੀ ਇਹ ਚੀਜ਼ਾਂ ਸੰਭਵ ਕਰ ਸਕਦਾ? ਸਰ ਇਹ ਜਿਹੜਾ ਤੁਹਾਨੂੰ ਮੈਂ ਦੱਸਿਆ ਇੱਕ ਮਿਸਗਾਈਡ ਤੁਹਾਨੂੰ ਕੀਤਾ ਕਿ ਵਿਲ ਪਾਵਰ ਹੈ, ਵਿਲ ਪਾਵਰ ਕੁਛ ਨਹੀਂ ਹੈ, ਸਾਇੰਸ ਹੈ ਇਹ। ਇਹ ਟ੍ਰਿਕ ਤੁਸੀਂ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 2 ਮਿੰਟ ਤੋਂ ਪਹਿਲਾਂ ਸਿੱਖ ਜਾਓਗੇ ਜੀ। ਇਹ ਸਭ ਹੱਦੀ ਸਫਾਈ ਚਲਾਕੀ ਹੈ ਜੀ, ਅਸੀਂ ਇੰਟਰਟੇਨਮੈਂਟ ਕਰਦੇ ਜਿਹੜੇ ਬਾਬੇ ਆ ਉਹਨੂੰ ਮਿਸਯੂਜ ਕਰਦੇ, ਬਸ ਅਸੀਂ ਮਨੋਰੰਜਨ ਕਰਦੇ ਇਹ ਚੀਜ਼ਾਂ ਦਾ ਜੀ।